ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ, ਮੈਂ ਹਾਂ ਸਾਹਿਲ ਤੇ ਹੁਣ ਅਸੀਂ ਗੱਲ ਕਰਾਂਗੇ ਉਸ ਪੰਜਾਬੀ ਸੌਂਗ ਰਾਈਟਰ ਦੀ ਜਿਸ ਦਾ ਗਾਣਾ ਜਾਨੀ ਵਜਾਨੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਜੀ ਹਾਂ, ਮੈਂ ਗੱਲ ਕਰ ਰਿਹਾ ਸੌਂਗ ਰਾਈਟਰ ਜਾਨੀ ਦੀ। ਜਾਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਫੋਟੋ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਸਦੇ ਨਾਲ ਨਜ਼ਰ ਆ ਰਹੇ ਨੇ ਅਕਸ਼ੇ ਕੁਮਾਰ। ਜਾਨੀ ਨੇ ਆਪਣੀ ਤੇ ਅਕਸ਼ੇ ਕੁਮਾਰ ਦੀ ਪਿਕਚਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ। ਇਸ ਪਿਕਚਰ ਨੂੰ ਸ਼ੇਅਰ ਕਰਦਿਆਂ ਜਾਨੀ ਨੇ ਲਿਖਿਆ, ਲਿਖਣ ਨੂੰ ਤਾਂ ਬਹੁਤ ਕੁਝ ਲਿਖ ਸਕਦਾ ਸੀ ਮੈਂ, ਪਰ ਮੇਰੇ ਲਫ਼ਜ਼ਾਂ 'ਚ ਇੰਨੀ ਜਾਣ ਨਹੀਂ ਕਿ ਇਹਨਾਂ ਲਈ ਲਿਖਾਂ ਕੁਛ। ਸਾਰੀ ਦੁਨੀਆ ਜਾਣਦੀ ਆ ਵਿਦ ਦਾ ਸਭ ਸੇ ਬੜਾ ਖਿਲਾੜੀ, ਦਾ ਬੋਸ, ਦਾ ਲਿਵਿੰਗ ਲੈਜੈਂਡ ਅਕਸ਼ੇ ਕੁਮਾਰ ਭਾਜੀ, ਥੈਂਕ ਯੂ ਸੋ ਮਚ ਫੋਰ ਟ੍ਰੀਟਿੰਗ ਅਸ ਸੋ ਗੁੱਡ। ਜਾਨੀ ਦੀ ਇਸ ਪਿਕਚਰ ਤੇ ਪੋਸਟ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬਹੁਤ ਹੀ ਜਲਦ ਸਾਨੂੰ ਅਕਸ਼ੇ ਕੁਮਾਰ ਤੇ ਜਾਨੀ ਦੀ ਕੋਲਾਬੋਰੇਸ਼ਨ, ਕੋਈ ਨਵਾਂ ਪ੍ਰੋਜੈਕਟ ਦੇਖਣ ਨੂੰ ਮਿਲ ਸਕਦਾ ਹੈ। ਇਸ ਫੋਟੋ ਨੂੰ ਦੇਖਣ ਤੋਂ ਬਾਅਦ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸ਼ਾਇਦ ਜਾਨੀ ਤੇ ਅਕਸ਼ੇ ਕੁਮਾਰ ਬਹੁਤ ਜਲਦ ਕੁਝ ਨਵਾਂ ਲੈ ਕੇ ਆਉਣ ਵਾਲੇ ਨੇ। ਬਟ ਤੁਹਾਨੂੰ ਕੀ ਲੱਗਦਾ ਹੈ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਅਤੇ ਨਵੇਂ ਅਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ, ਐਂਡ ਡੋਂਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਸਵੇਰਾ ਸਟਾਰ ਟਾਕਸ। So, I joined Body Fab about 3-4 months back and मैंने अपनी weight loss journey 84 kg से start करी थी and now I'm about 69 kg. I strongly recommend जो अपना weight loss करना चाहते हैं, जो obesity से बाहर आना चाहते हैं, जो अपने health issues को improve करना चाहते हैं, अपनी eating habits को improve करना चाहते हैं, Body Fab is the right place to guide you.